ਪਿੰਡ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ। ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਦੂਸਰੀਆਂ ਖੇਲੋ ਇੰਡੀਆ ਨੈਸ਼ਨਲ ਖੇਡਾਂ 9 ਜਨਵਰੀ ਤੋਂ 20 ਜਨਵਰੀ 2019 ਤੱਕ ਆਯੋਜਿਤ ਕੀਤੀਆਂ ਗਈਆਂ। ਇੱਥੇ ਦੱਸਣਾ ਬਣਦਾ ਹੈ ਕਿ ਇਹਨਾਂ ਖੇਡਾਂ ਵਿੱਚ ਅਥਲੈਟਿਕਸ ਤੋਂ ਇਲਾਵਾ ਲਗਭਗ ਸਾਰੀਆਂ ਹੀ ਖੇਡਾਂ ਦੇ ਉਮਰ ਅਤੇ ਵੇਟ ਵਰਗ ਅਨੁਸਾਰ ਮੁਕਾਬਲੇ ਹੁੰਦੇ ਹਨ। ਸੋ ਇਹਨਾਂ ਖੇਡਾਂ ਵਿੱਚ ਵੇਟ ਲਿਫਟਿੰਗ ਸੈਂਟਰ ਜਰਗ ਵਿੱਚੋਂ ਕੋਚਿੰਗ ਲੈ ਰਹੇ 2 ਖਿਡਾਰੀ ਗੁਰਕਰਨ ਸਿੰਘ ਸਨਅਪ ਹਰਜੀਤ ਸਿੰਘ ਅੰਡਰ 17 ਸਾਲ 99 KG ਅਤੇ ਦਿਲਪ੍ਰੀਤ ਸਿੰਘ ਭੰਗੂ ਸਨਅਪ ਸੋਹਣ ਸਿੰਘ 102 KG ਅੰਡਰ 21 ਸਾਲ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦੇ ਤਗਮੇ ਜਿੱਤੇ। ਸੋ ਇਹਨਾਂ ਖਿਡਾਰੀਆਂ ਅਤੇ ਇਹਨਾਂ ਦੇ ਕੋਚ ਗੁਰਿੰਦਰ ਸਿੰਘ ਕਾਕਾ ਦਾ ਮਹਾਰਾਸ਼ਟਰ ਦੇ ਸ਼ਹਿਰ ਪੁਣੇ ਤੋਂ ਇਹ ਮੈਡਲ ਜਿੱਤ ਕੇ ਵਾਪਸ ਆਪਣੇ ਪਿੰਡ ਜਰਗ ਪਹੁੰਚਣ 'ਤੇ ਇਹਨਾਂ ਦੇ ਸਵਾਗਤ ਅਤੇ ਮਾਨ ਸਨਮਾਨ ਲਈ ਭਾਰੀ ਗਿਣਤੀ ਵਿੱਚ ਪਿੰਡ ਜਰਗ ਦੇ ਨਗਰ ਨਿਵਾਸੀ ਬੱਸ ਸਟੈਂਡ ਜਰਗ ਵਿਖੇ ਹਾਜ਼ਰ ਸਨ, ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ 'ਤੇ ਪਿੰਡ ਜਰਗ ਦੇ ਸਰਪੰਚ ਜਸਪ੍ਰੀਤ ਸਿੰਘ ਸੋਨੀਬਾਈ, ਪੰਚ ਸਰਬਜੀਤ ਕੌਰ ਵਾਈਫ ਆਫ ਕਮਲਜੀਤ ਸਿੰਘ ਪੱਪੂ, ਪੰਚ ਧਰਵਿੰਦਰ ਸਿੰਘ ਮੰਡੇਰ, ਪੰਚ ਭਵਨਦੀਪ ਸਿੰਘ ਮੰਡੇਰ, ਪੰਚ ਬਾਬਾ ਹਰੀ ਸਿੰਘ ਪੰਚ, ਗੁਰਮੀਤ ਸਿੰਘ ਘੋਲੀ, ਸਾਬਕਾ ਸਰਪੰਚ ਜਤਿੰਦਰ ਸਿੰਘ ਪਿੰਦਾ ਅਤੇ ਹਰਵਿੰਦਰ ਸਿੰਘ, ਕਾਂਗਰਸ ਪਾਰਟੀ ਦੇ ਜ਼ੋਰ ਇੰਚਾਰਜ ਮਾਸਟਰ ਰਾਮ ਸਿੰਘ, ਵੀਰ ਦਵਿੰਦਰ ਸਿੰਘ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਾਬਕਾ ਪੰਚ ਪ੍ਰੀਤਮ ਸਿੰਘ, ਸਰਬਜੀਤ ਸਿੰਘ ਅਤੇ ਸੋਹਣ ਸਿੰਘ, ਜੀਓ ਜੀ ਅਮਰਜੀਤ ਸਿੰਘ, ਬਾਬੂ ਕੌਰਚੰਦ ਸਿਰਥਲਾ, ਫੁੱਟਬਾਲ ਕੋਚ ਤੇਜਿੰਦਰ ਸਿੰਘ, ਮਾਸਟਰ ਭੁਪਿੰਦਰ ਸਿੰਘ ਢਿੱਲੋਂ, ਹਰਜੀਤ ਸਿੰਘ ਮੰਟੂ, ਜਸਵੀਰ ਸਿੰਘ ਕਾਲਾ, ਟੇਲਰ ਮਾਸਟਰ ਜੀਤਾ ਜਰਗ, ਜਸਵੰਤ ਸਿੰਘ, ਮਨਪ੍ਰੀਤ ਸਿੰਘ, ਅਮਰ ਸਿੰਘ, ਜਗਦੇਵ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ, ਮਾਸਟਰ ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਅਮਨਾ। ਖਿਡਾਰੀਆਂ ਵਿੱਚੋਂ ਹੇਮਪ੍ਰੀਤ ਸਿੰਘ, ਜਸਨੂਰ ਸਿੰਘ, ਅਰਸ਼ਦੀਪ ਸਿੰਘ, ਹਰਜੀਤ ਸਿੰਘ ਅਤੇ ਕਰਮਵੀਰ ਸਿੰਘ ਹਾਜ਼ਰ ਸਨ। ਸੋ ਤੁਸੀਂ ਵੇਖ ਸਕਦੇ ਹੋ ਕਿ ਇਹ ਖਿਡਾਰੀ ਬੱਸ ਸਟੈਂਡ ਤੋਂ ਗੁਰਦੁਆਰਾ ਸਾਹਿਬ ਜਰਗ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਸੋ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਨਾਲ ਸਮੂਹ ਨਗਰ ਨਿਵਾਸੀ ਪਿੰਡ ਜਰਗ। ਆਓ ਗੱਲ ਕਰਦੇ ਹਾਂ ਇਹਨਾਂ ਦੇ ਕੋਚ ਗੁਰਿੰਦਰ ਸਿੰਘ ਅਤੇ ਸਰਪੰਚ ਜਸਵੀਰ ਸਿੰਘ ਸੋਨੀਬਾਈ ਉਹਨਾਂ ਦੇ ਨਾਲ। ਪਿੰਡ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ। ਸੋ ਦੋਸਤੋ, ਅੱਜ ਆਪਾਂ ਇੱਥੇ ਖੜ੍ਹੇ ਹਾਂ ਪਿੰਡ ਜਰਗ ਦੇ ਗੁਰੂ ਘਰ ਵਿਖੇ, ਜਿੱਥੇ ਪਿੰਡ ਜਰਗ ਦੇ ਨੌਜਵਾਨ ਸੈਂਟਰ ਸਰਕਾਰ ਦੀ ਪ੍ਰਚਲਿਤ ਮੁਹਿੰਮ ਪੂਰੇ ਇੰਡੀਆ ਦੇ ਵਿੱਚ ਜੋ ਚੱਲ ਰਹੀ ਆ ਖੇਲੋ ਇੰਡੀਆ, ਉਹਦੇ ਵਿੱਚ ਪੁਜੀਸ਼ਨਾਂ ਹਾਸਲ ਕਰਕੇ ਆਏ ਨੇ। ਸੋ ਮੇਰੇ ਨਾਲ ਪਿੰਡ ਜਰਗ ਤੋਂ ਵੇਟ ਲਿਫਟਿੰਗ ਸੈਂਟਰ ਦੇ ਮੁੱਖ ਸੰਚਾਲਕ ਕੋਚ ਗੁਰਿੰਦਰ ਸਿੰਘ ਜੀ ਮੌਜੂਦ ਨੇ ਅਤੇ ਪਿੰਡ ਜਰਗ ਦੇ ਸਰਪੰਚ ਜਸਪ੍ਰੀਤ ਸਿੰਘ ਸੋਨੀਬਾਈ ਅਤੇ ਹੋਰ ਪੰਚਾਇਤ ਮੈਂਬਰ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਨੇ, ਜਿੱਥੇ ਅੱਜ ਇਹਨਾਂ ਸਾਰੇ ਹੀ ਨੌਜਵਾਨਾਂ ਨੇ ਜਿਨ੍ਹਾਂ ਅੱਜ ਇੱਥੇ ਪੁਜੀਸ਼ਨਾਂ ਹਾਸਲ ਕੀਤੀਆਂ ਨੇ ਪਿੰਡ ਜਰਗ ਵਿਖੇ, ਇੱਥੇ ਪਹੁੰਚਣ 'ਤੇ
ਪੂਰੇ ਪਿੰਡ ਵੱਲੋਂ ਇਹਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸੋ ਆਪਾਂ ਆਓ ਗੱਲ ਕਰਕੇ ਪੁੱਛਦੇ ਹਾਂ ਕੋਚ ਗੁਰਿੰਦਰ ਸਿੰਘ ਹੁਣਾਂ ਨਾਲ। ਕੋਚ ਗੁਰਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਪਿੰਡ ਪੰਜਾਬੀ ਚੈਨਲ ਵੱਲੋਂ ਜੋ ਤੁਹਾਡੇ ਜਿਹੜੇ ਸਟੂਡੈਂਟ ਨੇ ਵੇਟ ਲਿਫਟ ਸੈਂਟਰ ਵਿੱਚ ਕੋਚਿੰਗ ਲੈ ਰਹੇ ਨੇ ਅਤੇ ਖੇਲੋ ਇੰਡੀਆ ਵਿੱਚ ਪੁਜੀਸ਼ਨਾਂ ਹਾਸਲ ਕਰਕੇ ਆਏ ਨੇ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ ਵੀ। ਸਾਨੂੰ ਥੋੜ੍ਹਾ ਜਿਹਾ ਇਹ ਦੱਸੋ ਕਿ ਜਿਹੜੇ ਇਹ ਬੱਚੇ ਖੇਲੋ ਇੰਡੀਆ ਦੇ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ ਨੇ, ਕਿਹੜਾ ਵਰਗ ਸੀ ਅਤੇ ਇਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸਣ ਦੀ ਖੇਚਲ ਕਰੋ। ਇਹ ਜਿਹੜੀਆਂ ਖੇਡਾਂ ਸੀ ਇਹ ਸੈਂਟਰਲ ਗੌਰਮੈਂਟ ਦੇ ਅਧੀਨ ਆਉਂਦੀਆਂ ਨੇ। ਇਹ ਖੇਲੋ ਇੰਡੀਆ ਨੈਸ਼ਨਲ ਗੇਮ ਸੀਗੀਆਂ, ਇਹ ਦੂਸਰੀਆਂ ਗੇਮਾਂ ਸੀਗੀਆਂ। ਇਸ ਦੇ ਵਿੱਚ ਅੰਡਰ 17 ਏਜ ਗਰੁੱਪ ਸੀਗਾ ਅਤੇ ਅੰਡਰ 21 ਈਅਰਸ ਏਜ ਗਰੁੱਪ ਸੀਗਾ, ਜਿਸ 'ਚ ਗੁਰਕਰਨ ਸਿੰਘ ਨੇ ਅੰਡਰ 17 ਏਜ ਗਰੁੱਪ 'ਚੋਂ 89 ਕੇਜੀ ਕੈਟਾਗਰੀ 'ਚੋਂ ਬਰਾਊਨ ਮੈਡਲ ਹਾਸਲ ਕੀਤਾ ਅਤੇ 21 ਏਜ ਗਰੁੱਪ ਦੇ ਵਿੱਚ ਦਿਲਪ੍ਰੀਤ ਸਿੰਘ ਭੰਗੂ ਨੇ 102 ਕੇਜੀ ਕੈਟਾਗਰੀ 'ਚੋਂ ਬਰਾਊਨ ਮੈਡਲ ਜਿੱਤਿਆ। ਤੁਸੀਂ ਵੇਟ ਲਿਫਟਿੰਗ ਸੈਂਟਰ ਵਿੱਚ ਕੋਚਿੰਗ ਦੇ ਰਹੇ ਹੋ, ਕੀ ਪ੍ਰੋਪਰ ਵਧੀਆ ਪੁਜੀਸ਼ਨ ਚੱਲ ਰਿਹਾ ਜਾਂ ਕੋਈ ਘਾਟਵਾਦ ਹੈ ਜਾਂ ਸਰਕਾਰ ਵੱਲੋਂ ਕੋਈ ਲੋੜ ਮਹਿਸੂਸ ਕੋਚਿੰਗ ਸੈਂਟਰ ਲਈ? ਸਾਡਾ ਸੈਂਟਰ ਸਰਕਾਰ ਵੱਲੋਂ ਹੀ ਚੱਲ ਰਿਹਾ, ਪੰਜਾਬ ਖੇਡ ਵਿਭਾਗ ਦੇ ਅਧੀਨ ਹੈ ਇਹ। ਇਹਦੇ 'ਚ ਜਿਹੜਾ ਵੀ ਸਮਾਨ ਉਹ ਪੰਜਾਬ ਖੇਡ ਵਿਭਾਗ ਵੱਲੋਂ ਆਇਆ, ਜਿਸ 'ਚ 2 ਇੰਟਰਨੈਸ਼ਨਲ ਲੈਵਲ ਦੇ ਵੇਟ ਲਿਫਟਿੰਗ ਸੈੱਟ ਨੇ ਲੀਕੋ ਕੰਪਨੀ ਦੇ, ਜਿਹੜੇ ਕਿ ਪਿਛਲੇ ਸਾਲ ਸਾਨੂੰ ਸਰਕਾਰ ਵੱਲੋਂ ਹੀ ਦਿੱਤੇ ਗਏ ਨੇ। ਪਲੇਟਫਾਰਮ ਵੀ ਸਰਕਾਰ ਵੱਲੋਂ ਹੀ ਆਏ ਨੇ। ਇੱਕ ਸਾਨੂੰ ਲੋੜ ਸੀਗੀ ਸੈੱਟ ਦੀ, ਜਿਹੜਾ ਕਿ ਅਸੀਂ ਪਿੰਡ ਦੇ ਸਹਿਯੋਗੀ ਸੱਜਣਾਂ ਦੇ ਬਦੌਲਤ ਅਸੀਂ ਪੈਸੇ ਇਕੱਠੇ ਕਰਕੇ ਓਸਾਕਾ ਦਾ ਸੈੱਟ, ਉਹ ਵੀ ਇੰਟਰਨੈਸ਼ਨਲ ਲੈਵਲ ਦਾ, ਉਹ ਵੀ ਅਸੀਂ ਖਰੀਦ ਲਿਆ ਸੀ। ਫਿਲਹਾਲ ਤਾਂ ਸਾਡੇ ਕੋਲ ਹਾਂ ਥੋੜ੍ਹੀ ਘਾਟ ਹੈਗੀ ਛੋਟੇ ਮੋਟੇ ਸਮਾਨ ਦੀ, ਅਦਰਵਾਈਜ਼ ਸਾਡੇ ਕੋਲ ਕਾਫੀ ਵਧੀਆ ਸਮਾਨ ਹੈਗਾ ਜੀ। ਸੋ ਹੁਣ ਆਪਾਂ ਗੱਲ ਕਰਦੇ ਹਾਂ ਪਿੰਡ ਜਰਗ ਤੋਂ ਸਰਪੰਚ ਜਸਪ੍ਰੀਤ ਸਿੰਘ ਸੋਨੀ ਬਾਈ ਨਾਲ। ਬਾਈ ਜੀ, ਜਿਸ ਤਰ੍ਹਾਂ ਇਹ ਬੱਚਿਆਂ ਨੇ ਵੇਟ ਲਿਫਟਿੰਗ ਸੈਂਟਰ ਦੇ ਵਿੱਚ ਪੁਜੀਸ਼ਨ ਹਾਸਲ ਕੀਤੀਆਂ ਨੇ, ਕੀ ਕਹਿਣਾ ਚਾਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬੱਚੇ ਪਿੰਡ ਜਰਗ ਦੇ ਜਿਹੜੇ ਬੱਚੇ ਨੇ ਉਹ ਪੁਜੀਸ਼ਨ ਹਾਸਲ ਕਰਦੇ ਨੇ ਤਾਂ ਉਹਨਾਂ ਨੂੰ ਪੰਚਾਇਤ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੋਊਗਾ? ਪਹਿਲਾਂ ਤਾਂ ਮੈਂ ਕੋਚ ਸਾਡੇ ਗੁਰਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ, ਜਿਹੜਾ ਇਹਨਾਂ ਦੇ ਖਿਡਾਰੀਆਂ ਨੇ ਬੱਚਿਆਂ ਨੇ ਗੁਰਕਰਨ ਅਤੇ ਦਿਲਪ੍ਰੀਤ ਨੇ ਜੋ ਪੁਜੀਸ਼ਨਾਂ ਲੈ ਕੇ ਆਏ ਨੇ, ਸਾਰਾ ਪਿੰਡ ਹੀ ਹੱਕਦਾਰ ਆ, ਇਸ ਵਧਾਈ ਦਾ ਪਾਤਰ ਆ, ਮੁਬਾਰਕਬਾਦ ਦਾ ਹੱਕਦਾਰ ਆ। ਅਤੇ ਬਾਕੀ ਇਹ ਵੇਟ ਲਿਫਟਿੰਗ ਦਾ ਲੈ ਕੇ ਆਏ ਨੇ, ਬਹੁਤ ਵਧੀਆ ਉਪਰਾਲਾ ਕੀਤਾ ਜੀ ਇਹਨਾਂ ਨੇ, ਅਤੇ ਕੋਚ ਸਾਡੇ ਬਹੁਤ ਵਧੀਆ ਇਹਨਾਂ ਨੂੰ ਕੋਚਿੰਗ ਦੇ ਰਹੇ ਨੇ। ਅਤੇ ਹੋਰ ਵੀ ਫੀਲਡ 'ਚ ਜਿਹੜੇ ਵੀ ਸਾਡੇ ਪਿੰਡ ਜਰਗ ਦੇ ਖਿਡਾਰੀ ਕਿਸੇ ਵੀ ਖੇਤਰ 'ਚ ਹੋਵੇ, ਫੁੱਟਬਾਲ ਹੋਵੇ ਜਾਂ ਕ੍ਰਿਕਟ ਹੋਵੇ, ਕਿਸੇ ਵੀ ਫੀਲਡ ਦਾ ਹੋਵੇ ਖਿਡਾਰੀ, ਉਹ ਜਦੋਂ ਇਨਾਮ ਲੈ ਕੇ ਆਊਗਾ ਤਾਂ ਅਸੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਉਹਨਾਂ ਨੂੰ ਸਨਮਾਨਿਤ ਕਰਾਂਗੇ। ਅਤੇ ਜੋ ਵੀ ਸਾਡੇ ਲਾਇਕ ਹੋਊਗਾ ਅਸੀਂ ਉਹਨਾਂ ਨੂੰ ਜੋ ਚੀਜ਼ ਸਾਨੂੰ ਕਹਿਣਗੇ ਉਹਨੂੰ ਪ੍ਰੋਵਾਈਡ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਇਹ ਸਾਡੀ ਪੰਚਾਇਤ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਹੋਊਗਾ ਜੀ। ਬਹੁਤ ਵਧੀਆ ਤਰੀਕੇ ਨਾਲ ਇੱਥੇ ਕੋਚ ਗੁਰਿੰਦਰ ਸਿੰਘ ਜੀ ਹੁਣਾਂ ਨੇ ਜਾਣਕਾਰੀ ਦਿੱਤੀ ਅਤੇ ਸਰਪੰਚ ਜਸਪ੍ਰੀਤ ਸਿੰਘ ਸੋਨੀ ਬਾਈ ਹੁਣਾਂ ਨੇ, ਇਹਨਾਂ ਨੇ ਵੀ ਕਿਹਾ ਕਿ ਵੇਟ ਲਿਫਟਿੰਗ ਸੈਂਟਰ ਤੋਂ ਬਿਨਾਂ ਹੋਰ ਵੀ ਕਿਸੇ ਵੀ ਖੇਡ ਦੇ ਵਿੱਚ ਜੇਕਰ ਬੱਚਾ ਪਿੰਡ ਜਰਗ ਤੋਂ ਕੋਈ ਵੀ ਪੁਜੀਸ਼ਨ ਹਾਸਲ ਕਰਦਾ ਤਾਂ ਉਸ ਨੂੰ ਬਣਦਾ ਵਿਸ਼ੇਸ਼ ਸਨਮਾਨ ਅਤੇ ਸਹਿਯੋਗ ਪੰਚਾਇਤ ਵੱਲੋਂ ਪਿੰਡ ਜਰਗ ਵੱਲੋਂ ਦਿੱਤਾ ਜਾਊਗਾ। ਸੋ ਆਓ ਆਪਾਂ ਹੁਣ ਥੋੜ੍ਹਾ ਜਿਹਾ ਗੱਲ ਕਰਕੇ ਦੇਖਦੇ ਹਾਂ ਨੌਜਵਾਨਾਂ ਨਾਲ ਵੀ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਰਿਹਾ ਤੁਸੀਂ ਜਿਸ ਤਰ੍ਹਾਂ ਇਹ ਪੁਜੀਸ਼ਨ ਹਾਸਲ ਕੀਤੀ ਹੈ, ਇੱਕ ਬੜਾ ਟੂਰਨਾਮੈਂਟ ਖੇਲੋ ਇੰਡੀਆ ਦੇ ਵਿੱਚ ਅਤੇ ਪਿੰਡ ਜਰਗ ਵੱਲੋਂ ਤੁਹਾਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ, ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਅਸੀਂ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਇਹੋ ਜਿਹੇ ਕੰਪੀਟੀਸ਼ਨ ਵਿੱਚੋਂ ਪੁਜੀਸ਼ਨ ਹਾਸਲ ਕਰਕੇ ਪਿੰਡ ਆਉਂਦੇ ਹਾਂ ਤਾਂ ਪਿੰਡ ਦੇ ਸਾਨੂੰ ਮਾਣ ਦਿੰਦੇ ਆ, ਅਤੇ ਸਾਡਾ ਤਾਂ ਬਸ ਇਹੀ ਏਮ ਆ ਕਿ ਅਸੀਂ ਇੰਟਰਨੈਸ਼ਨਲ ਲਈ ਖੇਡਣਾ ਚਾਹੁੰਦੇ ਹਾਂ। ਸੋ ਇਹ ਸੀਗੇ ਉਹ ਨੌਜਵਾਨ ਜਿਨ੍ਹਾਂ ਨੇ ਖੇਲੋ ਇੰਡੀਆ ਦੇ ਵਿੱਚ ਪੁਜੀਸ਼ਨ ਹਾਸਲ ਕਰਕੇ ਪਿੰਡ ਜਰਗ ਦਾ ਨਾਂ ਰੋਸ਼ਨ ਕੀਤਾ ਅਤੇ ਸਰਦਾਰ
ਗੁਰਿੰਦਰ ਸਿੰਘ ਜੀ ਕੋਚ ਵੇਟ ਲਿਫਟਿੰਗ ਸੈਂਟਰ ਜਰਗ, ਇਹਨਾਂ ਨੇ ਪ੍ਰੋਪਰ ਸਾਨੂੰ ਜਾਣਕਾਰੀ ਦਿੱਤੀ ਅਤੇ ਸਰਪੰਚ ਜਸਪ੍ਰੀਤ ਸਿੰਘ ਸੋਨੀ ਬਾਈ ਇਹਨਾਂ ਨੇ ਕਿਹਾ ਕਿ ਪਿੰਡ ਜਰਗ ਵੱਲੋਂ ਕੋਈ ਵੀ ਨੌਜਵਾਨ ਕਿਸੇ ਵੀ ਖੇਡ ਨਾਲ ਸੰਬੰਧਿਤ ਆ, ਉਹ ਜੇਕਰ ਕੋਈ ਵੀ ਪੁਜੀਸ਼ਨ ਹਾਸਲ ਕਰਦਾ ਤਾਂ ਉਸਨੂੰ ਯੋਗ ਬਣਦਾ ਮਾਣ ਅਤੇ ਸਨਮਾਨ ਪਿੰਡ ਜਰਗ ਵੱਲੋਂ ਦਿੱਤਾ ਜਾਊਗਾ। ਪਿੰਡ ਜਰਗ ਤੋਂ ਪੱਤਰਕਾਰ ਲਖਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।